ਕੀ ਕਹਿਣਾ ਚਾਹੁੰਦੇ ਹੋ ਵਾਤਾਵਰਨ ਸੰਬੰਧੀ? ਤੁਸੀਂ ਨੇ ਬੂਟੇ ਲਾਏ ਆ ਕਿ ਔਰ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਔਰ ਹੋਰ ਵੀ ਲੋਕ ਇੱਦਾਂ ਅਵੇਅਰਨੈਸ ਕਰ ਰਹੇ, ਲੋਕਾਂ ਨੂੰ ਬੂਟੇ ਲਗਾਉਣ ਦੀ ਪ੍ਰੇਰਿਤ ਕਰ ਰਹੇ ਆ, ਲੇਕਿਨ ਐਤਕੀ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਏ ਬਹੁਤ ਜ਼ਿਆਦਾ ਕੁਛ ਸ਼ਰਾਰਤੀ ਅਨਸਰਾਂ ਨੇ ਬਹੁਤ ਜ਼ਿਆਦਾ ਵਾਤਾਵਰਨ ਨੂੰ ਖਰਾਬ ਕੀਤਾ, ਬੂਟਿਆਂ ਨੂੰ ਸਾੜ ਦਿੱਤਾ, ਲੇਕਿਨ ਪ੍ਰਸ਼ਾਸਨ ਵੱਲੋਂ ਉੱਤੇ ਕਾਰਵਾਈ ਬਾਹਲੀ ਕੋਈ ਹੁਣ ਧਿਆਨ ਵਿੱਚ ਨਹੀਂ ਲਿਆਂਦਾ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਅਸੀਂ ਗੁਰੂਆਂ ਪੀਰਾਂ ਦੀ ਵਰਸਾਈ ਪੰਜ ਆਬ 'ਤੇ ਰਹਿੰਦੇ ਹਾਂ, ਪੰਜ ਦਰਿਆਵਾਂ ਦੀ ਧਰਤੀ ਹੈ ਜਿੱਥੇ ਬਹੁਤ ਸਾਰੇ ਜੰਗਲ ਹੁੰਦੇ ਸੀਗੇ, ਪਰ ਫਿਰ ਮਨੁੱਖ ਨੇ ਵਿਕਾਸ ਕੀਤਾ ਖੇਤੀ ਲਈ, ਉਹ ਜੰਗਲ ਕੱਟ ਕੇ ਜ਼ਮੀਨ ਬਣਾਈ ਗਈ ਅਤੇ ਜਿਹਦੇ 'ਤੇ ਪੂਰੇ ਦੇਸ਼ ਦਾ ਢਿੱਡ ਭਰਿਆ ਜਾਂਦਾ। ਪਰ ਜਿਹੜੇ ਬਾਕੀ ਏਰੀਆਜ਼ ਰਹਿ ਗਏ ਉਹ ਸੜਕਾਂ 'ਤੇ, ਨਹਿਰਾਂ ਦੇ ਕਿਨਾਰੇ ਜਾਂ ਸਾਡੇ ਖੇਤਾਂ ਦੇ ਵਿੱਚ ਵੱਟਾਂ 'ਤੇ, ਮੋਟਰਾਂ ਦੇ ਦੁਆਲੇ, ਘਰਾਂ 'ਚ, ਪੰਚਾਇਤੀ ਜ਼ਮੀਨਾਂ 'ਤੇ ਜਿੰਨੀਆਂ ਵੀ ਵਿਹਲੀਆਂ ਥਾਵਾਂ ਨੇ, ਉੱਥੇ ਸਾਨੂੰ ਦਰੱਖਤ ਲਾਉਣੇ ਚਾਹੀਦੇ ਨੇ। ਦੇਖ ਹੀ ਰਹੇ ਹਾਂ ਹੁਣ ਅੱਜ ਦਾ ਇਹ ਟੈਂਪਰੇਚਰ, ਮੈਨੂੰ ਲੱਗਦਾ 47-48 ਡਿਗਰੀ ਹੋਣਾ, ਇੱਥੋਂ ਤੱਕ ਪਹੁੰਚ ਕੇ ਗੱਲ ਇੰਨੀ ਤਪਸ਼ ਹੋ ਗਈ ਹੈ ਅਤੇ ਇਹ ਠੰਡਕ ਜੇ ਮਿਲ ਸਕਦੀ ਹੈ ਤਾਂ ਸਾਨੂੰ ਦਰੱਖਤਾਂ ਤੋਂ ਹੀ ਮਿਲ ਸਕਦੀ ਹੈ। ਅਸੀਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਕਿਤੇ ਉਹਨੂੰ ਨਿਪਟਾਉਣ ਲਈ ਉਹਨੂੰ ਅੱਗ ਹੀ ਲਾ ਦਿੰਦੇ ਹਾਂ, ਫਿਰ ਉਹ ਸੌਖਾ ਤਰੀਕਾ ਹੈਗਾ, ਪਰ ਉਹ ਲਾਉਣੀ ਨਹੀਂ ਚਾਹੀਦੀ, ਉਹ ਗੈਰ ਕਾਨੂੰਨੀ ਵੀ ਹੈ ਅਤੇ ਉਹ ਕੁਦਰਤ ਨਾਲ ਧਰੋਹ ਵੀ ਹੈ। ਜੇ ਅਸੀਂ ਉਹ ਜੈਵਿਕ ਮਾਦੇ ਨੂੰ ਮਿੱਟੀ ਦੇ ਵਿੱਚ ਮਿਲਾਈਏ ਤਾਂ ਸ਼ਾਇਦ ਸਾਡੀ ਮਿੱਟੀ ਜ਼ਿਆਦਾ ਉਪਜਾਊ ਹੋਵੇ, ਨਹੀਂ ਤਾਂ ਅਸੀਂ ਰੇਹਾਂ ਖਾਦਾਂ ਇੰਨੀਆਂ ਪਾ ਪਾ ਕੇ ਮਿੱਟੀ ਦੇ ਵਿੱਚ ਉਪਜ ਲੈਂਦੇ ਹਾਂ ਜਿਹੜਾ ਕਿ ਸਹੀ ਨਹੀਂ ਹੈ। ਅਸੀਂ ਜਿੰਨਾ ਕੁ ਪਾ ਲੈਂਦੇ ਹਾਂ ਉਨਾ ਕੀ ਕੱਢ ਲੈਂਦੇ ਹਾਂ, ਮਿੱਟੀ ਦੇ ਵਿੱਚ ਆਪਣੀ ਜਾਨ ਨਹੀਂ ਬਚੀ ਹੈਗੀ, ਇਹ ਜਾਨ ਜੈਵਿਕ ਮਾਦੇ ਤੋਂ ਹੀ ਆਉਣੀ ਹੈ, ਜੋ ਕੁਦਰਤੀ ਪ੍ਰੋਸੈਸਿੰਗ ਹੁੰਦੀ ਹੈ ਉਹਦੇ ਨਾਲ ਹੀ ਆਉਣੀ ਹੈ। ਇਸ ਕਰਕੇ ਮੇਰੀ ਤਾਂ ਗੁਜ਼ਾਰਿਸ਼ ਇਹ ਹੈ ਕਿ ਹੁਣ ਰੁੱਤ ਹੈਗੀ ਆ, ਵਾਤਾਵਰਨ ਦਿਵਸ ਲੰਘਿਆ, ਇਸ ਤੋਂ ਆਪਾਂ ਇੱਕ ਟੀਚਾ ਆਪਦਾ ਮਿੱਥੀਏ, ਜਿਵੇਂ ਪੰਜਾਬ ਸਰਕਾਰ ਨੇ ਸਾਨੂੰ ਮੋਗੇ ਜ਼ਿਲ੍ਹੇ ਨੂੰ ਵੀ ਟੀਚਾ ਦਿੱਤਾ ਕਿ 400,000 ਬੂਟੇ ਲਾਉਣੇ ਆ, ਉਹ ਵੀ ਅਸੀਂ ਲਗਾਵਾਂਗੇ, ਬਲਕਿ ਉਸ ਤੋਂ ਜ਼ਿਆਦਾ ਲਾਵਾਂਗੇ। ਤਾਂ ਮੈਂ ਸਾਰੇ ਨਾਗਰਿਕਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਤੌਰ 'ਤੇ ਜਿੱਥੇ ਵੀ ਤੁਸੀਂ ਲਾ ਸਕਦੇ ਹੋ ਜ਼ਰੂਰ ਆਪਾਂ ਦਰੱਖਤ ਲਾਈਏ, ਬੂਟੇ ਲਾਈਏ, ਅਤੇ ਜਿਹੜੇ ਇਹ ਸਾੜ ਸਰੱਈਏ ਦਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇੱਕ ਤਾਂ ਇਹ ਗੈਰ ਕਾਨੂੰਨੀ ਹੈ ਅਤੇ ਦੂਸਰਾ ਅਸੀਂ ਕੁਦਰਤ ਦੇ ਵਿੱਚ ਬਹੁਤ ਸਾਰਾ ਵਿਨਾਸ਼ ਕਰ ਦਿੰਦੇ ਹਾਂ। ਪਤਾ ਨਹੀਂ ਅਸੀਂ ਕਿਹੜੇ ਟਾਈਮਾਂ ਦੇ ਕਿਹਦੇ ਦੁਆਰਾ ਸਰਾਪੇ ਹੋਏ ਲੋਕ ਹੈਗੇ ਹਾਂ, ਜਿਹੜਾ ਜਦੋਂ ਅਸੀਂ ਅੱਗ ਲਾ ਦਿੰਦੇ ਹਾਂ ਫਿਰ ਅਸੀਂ ਇਹ ਨਹੀਂ ਦੇਖਦੇ ਉਹਦੇ 'ਚ ਕਿਹੜਾ ਜਾਨਵਰ, ਕਿਹੜਾ ਪੰਛੀ, ਕਿਹੜਾ ਕੀੜਾ ਮਕੌੜਾ ਜਿਹੜੇ ਸਾਡੇ ਫਾਇਦੇ ਦੇ ਨੇ ਉਹ ਵੀ ਅਸੀਂ ਸਾੜ ਦਿੰਦੇ ਹਾਂ, ਤਾਂ ਸਾਨੂੰ ਕੁਦਰਤ ਬਖਸ਼ੇਗੀ ਨਹੀਂ। ਸਰ ਜੀ, ਸਰਕਾਰ ਔਰ ਤੁਹਾਡੇ ਵਰਗੇ ਉੱਚ ਅਧਿਕਾਰੀ ਬਹੁਤ ਜ਼ੋਰ ਲਾ ਰਹੇ ਆ, ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਬੂਟੇ ਲਾਏ ਜਾਂਦੇ ਆ, ਲੇਕਿਨ ਉਸ ਤੋਂ ਜ਼ਿਆਦਾ ਸਾੜੇ ਜਾਂਦੇ ਆ। ਕੀ ਆਉਣ ਵਾਲੇ ਸਮੇਂ ਦੇ ਸਰਕਾਰ ਨਾਲ ਗੱਲਬਾਤ ਕੀਤੀ ਜਾਊਗੀ ਕਿ ਉਹਨਾਂ 'ਤੇ ਨੱਥ ਪਾਈ ਜਾਵੇ, ਇਹ ਸਵਾਲ ਆ ਜੀ? ਬਿਲਕੁਲ ਜੀ, ਸਰਕਾਰ ਕਰ ਰਹੀ ਹੈ, ਹਰ ਟਾਈਮ 'ਤੇ ਕਰ ਰਹੀ ਹੈ, ਉਹਨਾਂ ਨੂੰ ਨੱਥ ਪਾਉਣ ਦਾ ਵੀ ਕੰਮ ਕਰਦੇ ਹਾਂ। ਇਸੇ ਕਰਕੇ ਤੁਸੀਂ ਦੇਖ ਰਹੇ ਹੋ ਜਿੰਨੇ ਕੁ ਬੱਚੇ ਹੋਏ ਨੇ ਉਹ ਨੱਥ ਪਾਉਣ ਕਰਕੇ ਬਚੇ ਹੋਏ ਨੇ। ਧੰਨਵਾਦ ਜੀ।